ਆਰਮੀ ਸ਼ਹੀਦ ਮੇਜਰ ਹਰਭਜਨ ਸਿੰਘ ਬੱਠੇ ਭੈਣੀ ਦਾ ਬਰਸੀ ਮੇਲਾ 11-12 ਨੂੰ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸਤੁਨਾ ਵਾਲਾ ਹਰਪ੍ਰੀਤ ਸਿੰਘ ਬੱਠੇ ਭੈਣੀ ਅਤੇ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ। ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਨੇੜੇ ਪੱਟੀ ਪਿੰਡ ਬੱਠੇ ਭੈਣੀ ਵਿਖੇ ਆਰਮੀ ਸ਼ਹੀਦ ਮੇਜਰ ਹਰਭਜਨ ਸਿੰਘ ਜੀ ਦਾ 57ਵਾਂ ਸਾਲਾਨਾ ਬਰਸੀ ਗੁਰਮਤ ਜੋੜ ਮੇਲਾ ਅਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਮਿਤੀ 11-12 ਸਤੰਬਰ 2024 27-28 ਭਾਦਰੋ ਦਿਨ ਬੁੱਧਵਾਰ ਵੀਰਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸ੍ਰੀ ਅਖੰਡਪੁਰ ਸਾਹਿਬ ਅੱਜ ਮਿਤੀ 9 ਸਤੰਬਰ 2024 ਦਿਨ ਸੋਮਵਾਰ ਨੂੰ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ ਪਰਸੋਂ ਰੋਜ਼ ਮਿਤੀ 11 ਸਤੰਬਰ 2024 ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਉਸ ਤੋਂ ਉਪਰੰਤ ਖੁੱਲ੍ਹੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿੱਚ ਪਹਿਲੇ ਦਿਨ 11 ਤਰੀਕ ਨੂੰ ਪਹੁੰਚ ਰਹੇ ਢਾਡੀ ਅਤੇ ਕਵੀਸ਼ਰ ਜਥੇ ਜਿਵੇਂ ਕਿ ਸੁਖਬੀਰ ਸਿੰਘ ਖਾਲਸਾ ਕਵੀਸ਼ਰੀ ਜਥਾ ਅਤੇ ਇੰਟਰਨੈਸ਼ਨਲ ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ ਅਤੇ ਸੰਤ ਸਿਪਾਹੀ ਸਿਸਟਰ ਕਵੀਸ਼ਰੀ ਜਥਾ ਸਰਿਆਲੀ ਕਲਾਂ ਵਾਲੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਸ਼ਾਮ ਨੂੰ ਵੱਡੇ ਪੱਧਰ 'ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ। ਇਸੇ ਤਰ੍ਹਾਂ ਹੀ ਅਗਲੇ ਦਿਨ ਮਿਤੀ 12 ਸਤੰਬਰ 2024 ਦਿਨ ਵੀਰਵਾਰ ਨੂੰ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿੱਚ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਭਾਈ ਬਲਬੀਰ ਸਿੰਘ ਪਾਰਸ ਢਾਡੀ ਜਥਾ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਕਵੀਸ਼ਰੀ ਜਥਾ ਅਤੇ ਗੁਰਦੇਵ ਸਿੰਘ ਸ਼ਾਹਕੋਟ ਢਾਡੀ ਜਥਾ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਅਤੇ ਸ਼ਾਮ ਨੂੰ ਵੱਡੇ ਪੱਧਰ 'ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਲਾਕਾ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ NRI ਸੰਗਤਾਂ ਨੂੰ ਬੇਨਤੀ ਹੈ, ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੱਸ ਰਹੇ ਹਨ ਮੇਲਾ ਮੁਖੀ ਪ੍ਰਬੰਧਕ ਸਰਦਾਰ ਗੁਰਭੇਜ ਸਿੰਘ ਜੀ, ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ। ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ, ਸਰਬਜੀਤ ਸਿੰਘ ਸਾਬੇ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ, ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ। ਸਰਦਾਰ ਗੁਰਭੇਜ ਸਿੰਘ ਜੀ ਨੇ ਪੱਤਰਕਾਰ ਜਸਵੀਰ ਸਿੰਘ ਜੀ ਸਰ, ਅੱਜ ਬੱਠੇ ਦੇ ਵਿੱਚ ਆਪਣੇ ਦੁਨੀਆਂ ਪਹੁੰਚੇ। ਆਪ ਜੀ ਸ਼ਹੀਦ ਮੇਜਰ ਹਰਭਜਨ ਸਿੰਘ ਜੀ ਦਾ ਦਿਨ ਨਾਲ ਹੈ, ਜੋ ਹਰ ਸਾਲ ਦੇ ਨਾਲ ਇਸ ਸਾਲ ਵੀ ਮਨਾਉਣ ਜਾ ਰਹੇ। ਦੱਸਣਾ ਚਾਹੁੰਦਾ ਸੰਗਤਾਂ ਨੂੰ, ਦੇਸ਼ਾਂ ਦੇ ਸੰਗਤਾਂ ਨੂੰ, ਨਗਰ ਨਿਵਾਸੀ ਸੰਗਤਾਂ ਨੂੰ, ਇਲਾਕਾ ਨਿਵਾਸੀ ਸੰਗਤਾਂ ਨੂੰ, ਇਹ ਕਿਸ ਦਿਨ ਆਪ ਮਨਾ ਰਹੇ ਦਿਨ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ। ਇਹ ਜੀ ਅੱਜ ਅਸੀਂ ਸ਼ਹੀਦ ਭਾਈ ਮੇਜਰ ਹਰਭਜਨ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ ਔਰ ਭਾਈ ਗੱਜਰ ਸਿੰਘ ਜੀ, ਤਿੰਨਾਂ ਸ਼ਹੀਦਾਂ ਦਾ ਰਲ ਕੇ ਜਿਹੜਾ ਪਿੰਡ ਬੱਠੇ ਭੈਣੀ ਸਮੂਹ ਸੰਗਤ, ਇਲਾਕਾ ਨਿਵਾਸੀ ਔਰ ਸਾਡੇ ਜਿੰਨੇ ਵੀ ਬਾਹਰ NRI ਵੀਰ ਆ, ਉਹਨਾਂ ਦੇ ਸੰਯੋਗ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਦਿਹਾੜਾ ਮਨਾ ਰਹੇ ਹਾਂ ਜੀ। ਹਰ ਸਾਲ ਦੀ ਤਰ੍ਹਾਂ ਐਰਕੀ ਵੀ ਅੱਜ 9 ਤਰੀਕ ਅਖੰਡਪੁਰ ਸਾਹਿਬ ਜੀ ਆਰੰਭ ਹੋਏ ਆ, ਉਪਰੰਤ ਕੱਲ੍ਹ 10 ਨੂੰ ਵੱਧ ਲੱਗਣਗੇ। 11 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿਹੜੇ ਆ ਉਹ ਮਤਲਬ ਧਾਰਮਿਕ ਦੀਵਾਨ ਸੱਜਣਗੇ, ਠੀਕ ਆ। ਅਤੇ ਇਸੇ ਤਰ੍ਹਾਂ ਜੀ ਪਰਸੋਂ 12 ਤਰੀਕ ਨੂੰ ਫਿਰ ਜਿਹੜਾ ਕਿ ਸਾਰਾ ਦਿਨ ਹੀ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਦੀਵਾਨ ਸੱਜਣਗੇ, ਜਿਹਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਜਿਸ ਤਰ੍ਹਾਂ ਪ੍ਰਿਤਪਾਲ ਬਗਰਾੜੀ, ਬੀਬੀ ਦਲੇਰ ਕੌਰ, ਹੋਰ ਵੱਡੇ ਚੋਟੀ ਦੇ ਜਿਹੜੇ ਆ ਕਵੀ ਸ਼੍ਰੀ ਰਾਗੀ ਢਾਡੀ, ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਉਪਰੰਤ ਅੱਜ 11 ਤਰੀਕ ਨੂੰ ਸ਼ਾਮਾਂ ਨੂੰ ਜੀ 2 ਕਬੱਡੀਆਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ, ਜਿਸ ਦੇ ਵਿੱਚ ਇੱਕ ਕਬੱਡੀ ਆ ਉਹ ਲੜਕੀਆਂ ਦੀ ਆ ਪਹਿਲੀ, ਦੂਸਰੀ ਕਬੱਡੀ ਆ ਅਰਸ਼ ਨਾਲੇ ਜਿਹੜੇ ਆ ਛੋਟੇ ਮੁੰਡੇ ਉਹਨਾਂ ਦੀ ਆ। 12 ਤਰੀਕ ਨੂੰ ਸ਼ਾਮਾਂ ਨੂੰ 5 ਵਜੇ ਜਿਹੜਾ ਉਹ ਬੜੀ ਇੱਕ ਉੱਚ ਕੋਟੀ ਦੀ ਜਿਹੜੀ ਕਬੱਡੀ ਹੋ ਰਹੀ, ਫਸਵਾਂ ਮੁਕਾਬਲਾ ਆ ਰਿਹਾ ਭਾਈ ਗੋਪੀ ਫਰੰਦੀਪੁਰੀਆ ਔਰ ਬਾਜੂ ਬੈਂਕ ਦੋਵਾਂ ਟੀਮਾਂ ਦੇ ਵਿਚਕਾਰ। ਸੋ ਇਹ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਦਿਹਾੜਾ ਮਨਾਇਆ ਜਾਂਦਾ ਵਾ, ਹਰ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਨਗਰ ਦੇ ਵਿੱਚੋਂ ਤਿਲ ਬੁਲ ਇਕੱਠਾ ਕਰਕੇ
ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਧਾਰਮਿਕ ਸਮਾਗਮ ਚੱਲਦੇ ਆ ਜੀ। ਇਸ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਮਹਾਰਾਜ ਦੇ ਘਰ ਆਉਂਦੀਆਂ ਵਾ, ਸ਼ਹੀਦਾਂ ਸਿੰਘਾਂ ਦੇ ਸਥਾਨ 'ਤੇ ਜੋ ਵੀ ਕੋਈ ਮਨੋਕਾਮਨਾ ਲੈ ਕੇ ਆਉਂਦਾ ਵਾ ਉਹਨਾਂ ਦੀ ਮਹਾਰਾਜ ਸ਼ਹੀਦ ਸਿੰਘ ਗੁਰੂ ਗ੍ਰੰਥ ਸਾਹਿਬ ਮਨੋਕਾਮਨਾ ਪੂਰੀ ਕਰਦੇ ਆ। ਸਭ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਮੁਖ ਪਿਆਰਿਓ ਇੱਥੇ ਵੱਧ ਚੜ੍ਹ ਕੇ 11, 12 ਜਿਹੜਾ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਇਸ ਤੋਂ ਇਲਾਵਾ ਇਹ 11 ਤਰੀਕ ਨੂੰ ਤਕਰੀਬਨ 11 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਆਰਮੀ ਦੀਆਂ ਜਿੰਨੀਆਂ ਵੀ ਮਤਲਬ ਕਿਉਂਕਿ ਮਹਾਂਵੀਰ ਚੱਕਰ ਵਿਜੇਤਾ ਹੋਏ ਆ ਸ਼ਹੀਦ ਮੇਜਰ ਭਗਤ ਸਿੰਘ ਜੀ, ਉਹਨੂੰ ਸਲਾਮੀ ਦੇਣ ਸਪੈਸ਼ਲ ਫੋਰਸ ਤੋਂ ਜਿਹੜੀਆਂ ਟੀਮਾਂ ਉਹਨਾਂ ਦੀਆਂ ਜਿਹੜੀਆਂ ਪਲਟਣਾਂ ਸੀ ਜਾਂ ਸਾਰੇ ਹੀ ਉਹ ਮਤਲਬ ਸਲਾਮੀ ਦੇਣ ਆ ਰਹੇ ਆ। ਇਸ ਤੋਂ ਇਲਾਵਾ 11 ਤਰੀਕ ਨੂੰ ਜਿੰਨੇ ਵੀ ਮਤਲਬ ਡੀ ਪੰਜਾਬੀ ਹੋਇਆ, PTC ਨਿਊਜ਼ ਹੋਇਆ, ਅੱਜ ਤੱਕ ਵੱਡੇ ਚੈਨਲ ਸਾਰੀ ਇਹ ਸ਼ਹੀਦ ਦੀ ਛੇਵੀਂ ਬਰਸੀ ਮਨਾ ਰਹੇ, ਸਾਰੇ ਇਹਨੇ ਸ਼ਹੀਦ ਸਿੰਘ ਦੇ ਜਿਹੜਾ ਇਹ 11 ਤਰੀਕ ਦਾ ਸਾਰਾ ਜਿਹੜਾ ਪ੍ਰੋਗਰਾਮ ਇਹਨਾਂ ਦਿਖਾਉਣਾ ਵਾ। ਸੋ ਸਾਰੇ ਅਸੀਂ ਨਗਰ ਨੂੰ ਸਾਰੇ ਜਿੰਨੇ ਵੀ ਸੁਣਦੇ ਹੋ ਸਭ ਨੂੰ ਬੇਨਤੀ ਕਰਦੇ, ਦਾਖਲ ਵਾਸੀ ਨੂੰ ਬੇਨਤੀ ਕਰਦੇ ਹਾਂ ਕਿ 11 ਅਤੇ 12 ਸਤੰਬਰ ਨੂੰ ਮੂੰਹ ਮਾਰ ਕੇ ਪਿੰਡ ਬੱਠੇ ਭਾਈ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਜੀ। ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ, ਟ੍ਰੈਫਿਕ ਨਿਯਮਾਂ ਨੂੰ ਅਪਣਾਓ, ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ, ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ 'ਤੇ ਆਵਾਜਾਈ ਲੋਕ ਸਾਡੇ ਆਪਣੇ ਹਨ। ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਪਿਆਰੇ ਦਰਸ਼ਕੋ, ਜੀ ਸਿੰਘਾ TV ਚੈਨਲ ਤੁਹਾਡਾ ਆਪਣਾ ਚੈਨਲ ਹੈ, ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ HD ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ਹੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793-19462, 98726-35913।